ਬੇਸ਼ਲੀਓ ਪੈ ਬੇਦਨਾ ਜਾਣਿਓ ਅੰਮ੍ਰਿਤਾਲੇ ਵਿਸ਼ੇਸੋ ਮਾਨਿਓ ਟੇਕ ਕਾਮ ਕ੍ਰੋਧ ਮੇ ਜਨਮ ਗਵਾਇਓ ਸਾਧ ਸੰਗਤ ਮਿਲ ਰਾਮ ਨਗਾਯੋ ਤਿਲਕ ਦਿਓ ਪੈ ਤਪਨ ਨਾ ਜਾਈ ਮਾਲਾ ਪਹਿਰ ਗਨੇਰੀ ਲਾਈ ਕਹਿ ਨਵਦਾਸ ਮਰਮ ਜੋ ਪਾਉ ਦੇਵ ਨਰੰਜਨ ਸਤ ਕਰ ਧਾਉ ਆਦਰਨੀਏ ਗੁਰੂ ਸਾਧ ਸੰਗਤ ਜੀ ਜਗਤ ਗੁਰ ਵਿਦਾਸ ਜੀ ਮਹਾਰਾਜ ਸਾਹਿਬ ਜੀਵਾਂ ਨੂੰ ਅਡੰਬਰਾਂ ਦਾ ਤਿਆਗ ਕਰਕੇ ਪ੍ਰਭੂ ਦੀ ਪ੍ਰੇਮਾ ਭਗਤੀ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਭੇਸ਼ ਲਿਓ ਪੈ ਬੇਦਨਾ ਜਾਣਿਓ ਅਮਰਤਲੇ ਵਿਸ਼ੇ ਸੋਮਾਨਿਓ ਟੇਕ ਪੇਸ਼ ਲਿਓ ਪੈ ਭੇਦ ਨਾ ਜਾਣਿਓ ਅਮਤਲੇ ਵਿਸ਼ੇਸਿਓ ਮਾਨਿਓ ਬਾਰੀ ਡੰਬਰਾ ਵਿੱਚ ਫਸੇ ਹੋਏ ਜੀਵਾਂ ਨੂੰ ਸਮਝਾਉਂਦੇ ਹੋਏ ਜਗਤਗੁਰ ਵਿਦਾਸ ਮਹਾਰਾਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਭਾਈ ਤੂੰ ਬਾਰੀ ਪੇਖਤਾ ਬਣਾ ਲਿਆ ਹੈ ਬਾਰਤੂ ਸਵਾਸ-ਵਾਸ ਪ੍ਰਭੂ ਦਾ ਸਮਰਨ ਨਹੀਂ ਕਰਦਾ ਇਸ ਕਰਕੇ ਪ੍ਰਭੂ ਦੇ ਸਿਮਰਨ ਦੇ ਭੇਦ ਨੂੰ ਤੂੰ ਨਹੀਂ ਜਾਣਿਆ ਪਾਵ ਪ੍ਰਭੂ ਦੀ ਸੱਚੇ ਮਨੋਂ ਭਗਤੀ ਨਹੀਂ ਕਰਦਾ ਅਮਰਤ ਨੂੰ ਛੱਡ ਕੇ ਬਾਰੀ ਪੇਖ ਬਣਾ ਕੇ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਆਪਣਾ ਮੂਲਕ ਜਨਮ ਬ्यर्थ ਬਤੀਤ ਕਰ ਰਿਹਾ ਹੈ ਕਾਮ ਕ੍ਰੋਧ ਮੇਂ ਜਨਮ ਗਵਾਇਓ ਸਾਧ ਸੰਗਤ ਮਿਲ ਰਾਮ ਨਾ ਗਾਇਓ ਕਾਮ ਕ੍ਰੋਧ ਮੇ ਜਨਮ ਗਵਾਇਓ ਸਾਧ ਸੰਗਤ ਮਿਲ ਰਾਮ ਨਾ ਗਾਇਓ ਭਾਈ ਤੂੰ ਪ੍ਰਭੂ ਨੂੰ ਭਲਾ ਕੇ ਬਾਹਰੀ ਡੰਮਰਾਂ ਵਿੱਚ ਫਸ ਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਵਿੱਚ ਫਸ ਕੇ ਆਪਣਾ ਮੂਲਕ ਜਨਮ ਗਵਾ ਰਿਆ ਹੈ ਔਰ ਸੰਤਾਂ ਦੀ ਸੰਗਤ ਵਿੱਚ ਜਾ ਕੇ ਪ੍ਰਭੂ ਦੇ ਗੁਣਾਂ ਨਹੀਂ ਗਾਇਆ। ਭਾਵ ਸੰਤਾਂ ਦੀ ਸੰਗਤ ਵਿੱਚ ਜਾ ਕੇ ਪ੍ਰਭੂ ਦਾ ਸੁਣਨ ਕਰਕੇ ਅਮੋਲਕ ਜਨਮ ਸਫਲ ਨਹੀਂ ਕੀਤਾ। ਇਸ ਲਈ ਤੇਰਾ ਜੋ ਮੋਲਕ ਜਨਮ ਹੈ ਬ्यर्थ ਜਾ ਰਿਹਾ ਹੈ। ਤਿਲਕੇ ਦਿਉ ਪੈ ਤਪਨ ਨਾ ਜਾਈ। ਮਾਲਾ ਪਹਿਰ ਕਨੇਰੀ ਲਾਈ ਤਿਲਕ ਦਿਓ ਪੈ ਤਪ ਨਾ ਜਾਈ ਮਾਲਾ ਪਹਿਰੇ ਕਨੇਰੀ ਲਾਈ ਭਾਜ ਤੂੰ ਬਾਹਰ ਤਿਲਕਤਾ ਲਗਾ ਲਿਆ ਪਰ ਤੇਰੇ ਮਨ ਚੋਂ ਕ੍ਰੋਧ ਰੂਪੀ ਤਪਨੇ ਗਿਆ ਹੰਕਾਰ ਰੂਪੀ ਤਪਨੇ ਗਿਆ ਤੂੰ ਬਾਹਰੀ ਮਾਲਾ ਪਹਿਨ ਕੇ ਸਤਵਾਦੀ ਬਣਦਾ ਸੰਗਤਾ ਬਣਾ ਲਿਆ ਪਰਤੋ ਆਪਣੀ ਬਿਰਤੀ ਨੂੰ ਪਰਮਾਤਮਾ ਵੱਲ ਨਹੀਂ ਲਾਇਆ ਇਸ ਕਰਕੇ ਤੇਰਾ ಅಮੂਲਕ ਜਨਮ ਬ्यर्थ ਜਾ ਰਿਹਾ ਹੈ ਕਹਿ ਰਵਿਦਾਸ ਮਰਮ ਜੋ ਪਾਉਂ ਦੇਵ ਨਰਨਜਨ ਸਤ ਕਰ ਧਿਆਉ ਜਗਤਗੁਰ ਰਵਿਦਾਸ ਮਹਾਰਾਜ ਜੀ ਵਿਚਾਰਨ ਕਰਦੇ ਹਨ ਕਹਿ ਰਵਿਦਾਸ ਮਰਮ ਜੋ ਪਾਉਂ ਦੇਵ ਨਰਿੰਦਰਨ ਸਤ ਕਰਤੇ ਆਉ ਜਿਹੜਾ ਜੀਵ ਸਭ ਤੋਂ ਬੜੇ ਦੇਵ ਮਾਇਆ ਰਹਿਤ ਨਿੰਜਨ ਦਾ ਸਿਮਰਨ ਇੱਕ ਮਨ ਚਿਤੋ ਕੇ ਕਰਦਾ ਹੈ ਔਰ ਪ੍ਰਭੂ ਦਾ ਧਿਆਨ ਦਰਦਾ ਹੈ ਉਹ ਜੀਵ ਪ੍ਰਭੂ ਦੇ ਮਰਮ ਨੂੰ ਭੇਦ ਨੂੰ ਪਾ ਲੈਂਦਾ ਹੈ ਔਰ ਉਸ ਦਾ ਮੋਲਕ ਜਨਮ ਸਫਲ ਹੋ ਜਾਂਦਾ ਹੈ ਇਸ ਲਈ ਸਭ ਜੀਵਾ ਨੂੰ ਅਡੰਬਰਾਂ ਦਾ ਤਿਆਗ ਕਰਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜੈ ਗੁਰਦੇਵ